ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਵੈਲਕਮ ਦਾ ਸਾਰਿਆਂ ਦਾ ਆਪਣੇ ਕੋਰਨਰ ਵਲੌਗ ਦੇ ਵਿੱਚ ਤੇ ਫੋਰ ਸਟਾਰਟ ਕਰ ਲਿਆ ਅੱਜ ਤੁਹਾਨੂੰ ਦਿਖਾਉਣੀ ਆ ਯਾ ਕਹਿੰਦੇ ਕੀ ਸਟਾਰਟ ਕਰ ਲਿਆ ਕਹਿੰਦੇ ਫੋਰ ਸਟਾਰਟ ਕਰ ਲਿਆ ਇੱਕ ਵਧੀ ਵੀਡੀਓ ਬਣਾਉਣੇ ਆ ਫਿਰ ਉਹਨੂੰ ਅੰਦਰ ਲਾ ਦਾਂਗੇ ਫਿਰ ਆਪਾਂ ਅੱਜ ਜਾਣਾਗਾ ਜੌਂਡੀਅਰ ਕੋਲੇ ਜੌਂਡੀਅਰ ਦਾ ਆਪਾਂ ਉਹ ਕੀ ਹੁੰਦੇ ਆ ਜਿਹੜਾ ਹਿੱਸਾ ਉੱਚਾ ਕਰਾ ਰਹੇ ਸੀਗੇ ਉਹ ਲੈ ਕੇ ਆਉਣਾ ਅੱਜ ਆਪਾਂ ਸਰਦਾਰ ਸਾਹਿਬ ਉੱਧਰ ਆਪਣਾ ਦੂਜਾ ਜੌਂਡੀਅਰ ਖੜਾ ਲਓ ਜੀ ਮੈਨੂੰ ਚਾਚਾ ਉਤਾਰ ਗਿਆ ਅਤੇ ਮੈਂ ਪਹੁੰਚ ਗਿਆ ਮੰਡੀ ਟਰੈਕਟਰ ਕੋਲੇ ਇੱਥੋਂ ਮੋਟਰਸਾਈਕਲ ਚੱਕ ਕੇ ਉੱਥੇ ਚੱਲਦੇ ਜਿੱਥੇ ਆਪਣਾ ਹਿੱਸਾ ਪਿਆ ਦੇਖਦੇ ਚੱਲ ਕੇ ਕੀ ਬਣਿਆ ਉਹਦਾ ਲਓ ਜੀ ਆਪਾਂ ਮਿਸਤਰੀ ਕੋਲ ਪਹੁੰਚ ਗਏ ਸੀਗੇ ਅਤੇ ਆਹ ਜਗਾੜ ਇੱਦਾਂ ਬਣ ਗਿਆ ਹੈ ਨਾ ਅਤੇ ਹੁਣ ਇੱਥੋਂ ਐਂ ਪਲੇਟਾਂ ਲੱਗਣਗੀਆਂ ਇੱਥੋਂ ਐਂ ਟੇਢੀਆਂ ਅਤੇ ਪਤਾ ਨਹੀਂ ਲੱਗਣਾ ਵੀ ਇਹ ਹਿੱਸਾ ਬਣਿਆ ਵੀ ਹੋਇਆ ਆਹ ਚੀਜ਼ ਵੱਡੀ ਜਾਣੀ ਆ ਹੋਰ ਇੱਥੇ ਵੀ ਐਂ ਪਲੇਟ ਲੱਗ ਜਾਣੀ ਆ ਇੱਕ ਸਿੱਧੀ ਉੱਤਲੇ ਪਾਸੇ ਵੀ ਐਂ ਸਿੱਧੀ ਪਲੇਟ ਲੱਗ ਜਾਣੀ ਆ ਅਤੇ ਇਹ ਇੱਦਾਂ ਤਾਂ ਲਾਇਆ ਕਿ ਇਹਦੀ ਲਾਈਨ ਨਹੀਂ ਬਣਦੀ ਸਿੱਧੀ ਲਾਈਨ ਬਣਾਈ ਹੁੰਦੀ ਆ ਅਲਾਈਨਮੈਂਟ ਵਗੈਰਾ ਮਤਲਬ ਸਿੱਧੀ ਆ ਹੁਣ ਜਮਾਂ ਅਤੇ ਜੇ ਆਪਾਂ ਇੱਧਰ ਉੱਧਰ ਕਰਦੇ ਤਾਂ ਟੇਢਾ ਹੋ ਜਾਂਦਾ ਜਗਾੜ ਜੇ ਆਪਾਂ ਪੱਟ ਕੇ ਲਾਉਂਦੇ ਤਾਂ ਵੀ ਟੇਢਾ ਹੋ ਜਾਂਦਾ ਮਿਸਤਰੀ ਕਹਿੰਦੇ ਵੀ ਅਸੀਂ ਆਪਦੇ ਹਿਸਾਬ ਨਾਲ ਬਣਾ ਕੇ ਦਵਾਂਗੇ ਮੈਂ ਵੀ ਠੀਕ ਆ ਅਤੇ ਮਿਸਤਰੀ ਉਹਨੇ ਐਂ ਬਣਾ ਦੇਣਾ ਹੁਣ ਪੂਰਾ ਟੱਚ ਬਣਾ ਕੇ ਅਤੇ ਫਿਰ ਇਹਨੂੰ ਕੱਸਦੇ ਹਾਂ ਜਾ ਕੇ ਚੁੱਲ੍ਹੇ ਨੂੰ ਘਰੋਂ ਟਰੈਕਟਰ ਦੇ ਦਰਸ਼ਨ ਕਿਉਂ ਵੀ ਇਹ ਚੁੱਭ ਰਹੀ ਆ ਟਾਕੇ ਖੜਾਇਆ ਹੋਇਆ ਅਤੇ ਬਾਕੀ ਆਪਣਾ ਐਂਡ ਖੋਲ੍ਹਣੇ ਸੀਗੇ ਐਂਡ ਅੱਜ ਥੋੜ੍ਹਾ ਜਿਹਾ ਹੈ ਨਾ ਖਰਾਬ ਥੋੜ੍ਹਾ ਜਿਹਾ ਮਤਲਬ ਹੈਗਾ ਸੀਗਾ ਕੀ ਐਂਡ ਅੱਜ ਮਤਲਬ ਕੀ ਕਹਿੰਦੇ ਹੁੰਦੇ ਆ ਸੀਟ ਘਸ ਗਈ ਉਹ ਘਸ ਗਈ ਅਤੇ ਉਹ ਆਪਾਂ ਨਵੇਂ ਪਾਉਣੇ ਹੁਣ ਅਸੀਂ ਕਿਹਾ ਪਾ ਹੀ ਦਿੰਦੇ ਹਾਂ ਹੁਣ ਸਾਰਾ ਕੁਝ ਖੋਲ੍ਹਿਆ ਤਾਂ ਹੋਏ ਹੀ ਆ ਇਹ ਖੋਲ੍ਹ ਕੇ ਦਿੰਦਾ ਬਾਈ ਅਤੇ ਆਪਾਂ ਪੁੱਛ ਕੇ ਆਉਣਾ ਜੇ ਇੱਥੋਂ ਮਿਲ ਗਏ ਮੰਡੀ ਉਹ ਤਾਂ ਬੜਾ ਵਧੀਆ ਜੇ ਇੱਥੋਂ ਨਾ ਮਿਲੇ ਫਿਰ ਆਪਾਂ ਨੂੰ ਜਾਣਾ ਪਊ ਏਜੰਸੀ 'ਚ ਏਜੰਸੀ ਕਿੱਥੇ ਜਾਣਾ ਪਊ ਜਾ ਜਾਣਾ ਪਊ ਮਰੇ ਕੋਲ ਜਾ ਜਾਣਾ ਪਊ ਡੇਲੋਂ ਉੱਥੋਂ ਮਿਲੂ ਸਮਾਨ ਇਹ ਡੇਲੋਂ ਲੋਟ ਡੇਲੋਂ ਨੇੜੇ ਆ ਨਾ ਲਓ ਜੀ ਐਂਡ ਖੋਲ੍ਹ ਇੱਕ ਦੂਜਾ ਵੀ ਖੁੱਲ੍ਹ ਗਿਆ ਮੈਥੀ ਇੰਨਾ ਨਾ ਯਾਰ ਐਂ ਜਿੰਨੇ ਤੂੰ ਇੱਥੇ ਮਾਰੀ ਜਾਂਦਾ ਨਾ ਮੇਰੇ ਦਿਲ 'ਤੇ ਵੱਜੀ ਜਾਂਦੇ ਇਹ ਹਾਂ ਥੋੜ੍ਹਾ ਜਿਹਾ ਪਿਆਰ ਨਾਲ ਖੋਲ੍ਹ ਲਾ ਚਲੋ ਜੀ ਖੁੱਲ੍ਹ ਗਿਆ ਨਹੀਂ ਅਜੇ ਖੁੱਲ੍ਹਿਆ ਨਹੀਂ ਗਾ ਚੱਕੋ ਐਂ ਖੁੱਲ੍ਹਦਾ ਗਾ ਇਹ ਧੱਕੇ ਨਾਲ ਅਤੇ ਚਲੋ ਲੈ ਕੇ ਆਈਏ ਨਵੇਂ ਇਹ ਫਿਰ ਰੰਗ ਹੋਇਆ ਹੋਊ ਉਹਨਾਂ 'ਤੇ ਹਰਾ ਨਹੀਂ ਆਉਣਾ ਨਾ ਹੋਊਗਾ ਰੰਗ ਚੱਲ ਦੇਖਦੇ ਹਾਂ ਅਸੀਂ ਬੁਲਟ 'ਤੇ ਜਾ ਕੇ ਜੌਂਡੀਅਰ ਦੇ ਐਂਡ ਲੈ ਆਏ ਉਰੇ ਜਮਾਂ ਓਰੀਜਨਲ ਜੌਂਡੀਅਰ ਦੇ ਜੈਨੂਅਨ ਪਾਰਟ ਸੀ ਯੂ ਨੋ ਜੈਨੂਅਨ ਹਾਂ ਲੈ ਕੇ ਜਾਣਾ ਸੀ ਟਰੈਕਟਰ ਅੱਜ ਨਹੀਂ ਮਿਲਣਾ ਹੈਗਾ ਕੋਸ਼ਿਸ਼ ਤਾਂ ਪੂਰੀ ਆ ਰਾਤ ਇੱਥੇ ਹੀ ਕੱਟਾਂਗੇ ਜੇ ਨਾ ਮਿਲਿਆ ਅੱਜ ਟਰੈਕਟਰ ਅਤੇ ਆਹ ਪਿਆ ਆਪਣੇ ਐਂਡ ਇਹ 'ਚ ਕਸਣੇ ਆਉਣਾ ਸੀ ਅਸੀਂ ਗਏ ਸੀਗੇ ਅਸੀਂ ਗ੍ਰੀਨ ਸਪਰੇਅ ਲਿਆਉਣਾ ਭੁੱਲ ਗਏ ਹੈਂ ਕੀ ਆਹ ਇਹ ਵਿੱਚ ਕਟਾਉਣੇ ਸੀ ਨਹੀਂ ਵਿੱਚ ਨਹੀਂ ਕੱਟਦੇ ਹੁੰਦੇ ਚਲ ਰੱਖ ਲਾ ਚੱਲ ਇਹ ਕੰਮ ਆਉਣਗੇ ਆਪਣੇ ਚਲੋ ਬਾਕੀ ਆ ਆਪਾਂ ਉੱਧਰ ਜਾ ਕੇ ਮਿਸਤਰੀ ਕੋਲੇ ਮੰਡੀਓਂ ਅਸੀਂ ਆ ਕੇ ਪਿੰਡ ਮਿਸਤਰੀਆਂ ਹੱਥਾਂ ਤੱਕ ਤੁਹਾਨੂੰ ਦਊਂਗਾ ਉਹ ਅਤੇ ਅਸੀਂ ਇਹਦੇ ਟਾਇਰ ਅੰਦਰ ਕੰਮ ਚੱਲੇ ਹਾਂਗੇ ਮੰਡੀ ਆਪਾਂ ਸਦੌੜ ਚੱਲਦੇ ਹਾਂ ਸਦੌੜ ਇਹਦੇ ਟਾਇਰ ਅੰਦਰ ਕਰਾਉਂਦੇ ਹਾਂ ਚਲੋ ਚੱਲੀਏ ਹਾਂਜੀ ਕਿਵੇਂ ਹੋ ਸਾਰੇ ਅਤੇ ਅੱਜ ਮੈਂ ਖੇਡਣ ਜਾ ਰਿਹਾ ਕ੍ਰੈਸ਼ ਗੇਮ ਅਤੇ ਇਹਦੇ ਵਿੱਚ ਮੈਲਬੈਟ ਮੇਰੀ ਹੈਲਪ ਕਰੂਗਾ ਅਤੇ ਇਹਨਾਂ ਨੇ ਆਪਣੀ ਇੱਕ ਗੇਮ ਬਣਾਈ ਆ ਵਿਦ ਕੁਇਕ ਰਿਜ਼ਲਟਸ ਅਤੇ ਚਲੋ ਫਿਰ ਇਹਨੂੰ ਆਪਾਂ ਟਰਾਈ ਕਰਦੇ ਹਾਂ ਪਹਿਲਾਂ ਆਪਾਂ ਇਹ 'ਤੇ ਬੈਟ ਲਾਉਂਦੇ ਹਾਂ 1000 ਰੁਪਏ ਦੀ ਅਤੇ ਮੈਂ ਸ਼ੋਰ ਹਾਂ ਕਿ ਮੈਂ ਸਰਵਲ ਟਾਈਮ ਮੋਰ ਵਿਨ ਕਰ ਸਕਦਾ ਗਾ ਜਿੰਨਾ ਟਾਈਮ ਵੱਧ ਮੈਂ ਇਹਦੇ 'ਚ ਵੇਟ ਕਰੂੰਗਾ ਅਤੇ ਉਨੀ ਵਿਨਿੰਗ ਆਪਣੀ ਵੱਡੀ ਹੁੰਦੀ ਜਾਊਗੀ ਅਤੇ ਇਹ 'ਚ ਮੇਨ ਚੀਜ਼ ਆ ਗਈ ਵੀ ਟਾਈਮ 'ਤੇ ਇਹਨੂੰ ਸਟੋਪ ਕਰਨਾ ਅਤੇ ਯੈਸ ਮੈਂ ਆਲਮੋਸਟ ਇਹਨੂੰ 4 ਵਾਰ ਜਿੱਤ ਚੁੱਕਿਆ ਗਾ ਅਤੇ ਮੇਰਾ ਅੱਜ ਦਾ ਦਿਨ ਬਹੁਤ ਹੀ ਲੱਕੀ ਰਿਹਾ ਅਤੇ ਤੁਸੀਂ ਵੀ ਜਾ ਕੇ ਇਹਨੂੰ ਟਰਾਈ ਕਰ ਸਕਦੇ ਹੋਗੇ ਅਤੇ ਤੁਹਾਨੂੰ ਫਸਟ ਡਿਪੋਜ਼ਿਟ 'ਤੇ ਮਿਲ ਸਕਦਾ 20,000 ਰੁਪਇਆ ਅਤੇ ਮੇਰੇ ਦਿੱਤੇ ਗਏ ਪ੍ਰੋਮੋ ਕੋਡ ਨੂੰ ਯੂਜ਼ ਕਰਕੇ ਪਹਿਲੇ ਰਜਿਸਟ੍ਰੇਸ਼ਨ ਦੇ ਟਾਈਮ 'ਤੇ ਯੂ ਆਰ ਗੋਇੰਗ ਟੂ ਬੀ ਲੱਕੀ ਟੂਡੇ ਲਓ ਜੀ ਹੁਣ ਸਾਰਾ ਅਸੀਂ ਟਾਇਰ ਖੋਲ੍ਹ ਲਿਆ ਟਾਇਰ ਖੋਲ੍ਹ ਕੇ ਅਤੇ ਪਲੇਟ ਇਹਦੀ ਕਰਤੀ ਆਪਾਂ ਪੁੱਠੀ ਤੁਸੀਂ ਮਤਲਬ ਉਧਰਲੇ ਪਾਸੇ ਆ ਉਹ ਪਾਸਾ ਲੱਗੂਗਾ ਇੱਧਰ ਹੈ ਨਾ ਆਪਣਾ ਪਾਸਾ ਇਹ ਜਾ ਕੇ ਲੱਗੂ ਅੰਦਰ ਫਿਰ ਕਿਤੇ ਜਾ ਕੇ ਇਹ ਟਾਇਰ ਆਊਗਾ ਅੰਦਰ ਸਾਰਾ ਤਾਂ ਸਾਰੀ ਟਾਇਰ ਅੰਦਰ ਕਰਤਾ ਇਹ ਬਾਹਲਾ ਬਾਹਰ ਸੀਗਾ ਹੁਣ ਤਾਂ ਟਾਇਰ ਚੌੜੇ ਆ ਨਾ ਤਾਂ ਕਰਕੇ ਬਾਹਰ ਅੰਦਰ ਕਰਤਾ ਘੈਂਟ ਲਾ ਅੰਦਰ ਕਰਕੇ ਆ ਟਾਇਰ ਹੈ ਨਾ ਬਾਹਲੇ ਬਾਹਰ ਸੀਗੇ ਕਿੱਥੇ ਇੰਨੇ ਬਾਹਰ ਸੀ ਹੁਣ ਕਿੱਥੇ ਸਿਰਫ ਇੰਨੇ ਬਾਹਰ ਰਹਿ ਜਾਣਾ ਇੰਨੇ ਤਾਂ ਠੀਕ ਆ ਦੂਜਾ ਟਾਇਰ ਖੋਲ੍ਹਣ ਦੀ ਤਿਆਰੀ ਆ ਬਸ ਆਹ ਅੰਦਰ ਕਰਕੇ ਟਾਇਰ ਫਿਰ ਆਪਾਂ ਮੰਡੀ ਜਾ ਰਹੇ ਮੰਡੀ ਜਾ ਕੇ ਟਰੈਕਟਰ ਤਾਂ ਦੂਜਾ ਕੰਮ ਕਰਾਉਂਦੇ ਖੋਲ੍ਹਤਾ ਉਹਨਾਂ ਤਾਂ ਜਦੋਂ ਹਾਂ ਤਾਂ ਚਲੀ ਖੋਲ੍ਹ ਕੇ ਮਾਰ ਦਿਓ ਵੱਡੀ ਗੰਨ ਤਾਂ ਉਹਨੇ ਪਾ ਦਈਏ ਫਿਰ ਇਹਨੇ ਅੰਦਰ ਕਰਤੇ ਆਪਾਂ ਟਾਇਰ ਦੇਖੋ ਇੰਨੇ ਕੁ ਬਾਹਰ ਠੀਕ ਆ ਪਹਿਲਾਂ ਬਾਹਲੇ ਬਾਹਰ ਸੀਗੇ ਇੱਕ ਵਾਰ ਖੋਲ੍ਹ ਕੇ ਅੰਦਰ ਕਰਨਾ ਅਜੇ ਹੁਣ ਠੀਕ ਲਾਦਾ ਪਹਿਲਾਂ ਬਾਹਲੇ ਬਾਹਰ ਬੁਰੇ ਲਾਦੇ ਸੀਗੇ ਅਤੇ ਆਪਾਂ ਮੱਡ ਗਾਰਡ ਵੀ ਲਿਫਟ ਕਰਾਉਣੇ ਆ ਇੱਕ ਇੰਚ ਦੀ ਪਲੇਟ ਹੋਰ ਪਊਗੀ ਇੱਦਾਂ ਦੀ ਸੇਮ ਇੱਕ ਹੋਰ ਪਾਉਣੀ ਪਊਗੀ ਇਹ ਹੁਣ ਆਪਾਂ ਅਜੇ ਰੁਕ ਕੇ ਕਰਾਵਾਂਗੇ ਪਹਿਲਾਂ ਅਸੀਂ ਕਰਾ ਲਈਏ ਲਓ ਜੀ ਮਿੱਤਰੋ ਹੋ ਗਏ ਟਾਇਰ ਅੰਦਰ ਬਹੁਤ ਮਿਹਨਤ ਆਈ ਪਰ ਹੋ ਗਏ ਅਤੇ ਪੇਂਟ ਮਾਰ ਦਾਂਗੇ ਨਟ ਨਵਾਂ ਪਾਉਣਾ ਪੈ ਗਿਆ ਖਰਾਬ ਹੋ ਗਿਆ ਸੀਗਾ ਅਤੇ ਇੱਧਰਲਾ ਵੀ ਕਰਤਾ ਦੇਖੋ ਇੰਨੇ ਇੰਨੇ ਅੰਦਰ ਹੋ ਗਏ ਇੱਧਰਲਾ ਵੀ ਕਰਤਾ ਆਪਾਂ
ਹੁਣ ਠੀਕ ਆ ਯਾਰ ਪਹਿਲਾਂ ਮਤਲਬ ਬਾਲੇ ਬਾਹਰ ਸੀਗੇ ਹੁਣ ਇੰਨੇ ਕੁ ਠੀਕ ਆ ਹੁਣ ਇਹ ਮਤਲਬ ਮੂਹਰਲੇ ਟਾਇਰ ਜਿਹੜੇ ਹੈ ਨਾ ਭੱਜੇ ਜਾਂਦੇ ਆ ਡੋਲ ਮਾਰਦਾ ਸੀ ਡੋਲ ਨਹੀਂ ਮਾਰੂਗਾ ਹੁਣ ਬੰਬ ਲਾ ਦਾ ਪੂਰਾ ਪਰ ਨੱਟ ਟੈਟ ਕਰਾ ਦਈਏ ਇੱਧਰਲੇ ਫਿਰ ਆਪਾਂ ਚੱਲਦੇ ਹਾਂ ਘਰੇ ਖੜਾ ਕੇ ਮੰਡੀ ਉੱਥੇ ਦੇਖੀਓ ਮਿਸਤਰੀ ਨੇ ਦੋ ਤਿੰਨ ਘੰਟੇ ਕਿਹਾ ਸੀ ਵੀ ਦੋ ਤਿੰਨ ਘੰਟੇ ਬਾਅਦ ਆਇਓ ਅਤੇ ਆਪਾਂ ਉਹੀ ਦੋ ਤਿੰਨ ਘੰਟੇ ਇੱਧਰ ਕੰਮ ਕਰ ਲਿਆ ਅਤੇ ਹੁਣ ਕੱਲ੍ਹ ਨੂੰ ਇਹਦੇ ਮਗਰਾੜ ਥੋੜ੍ਹੇ ਹੋਰ ਚੁਕਾਵਾਂਗੇ ਲਓ ਜੀ ਖੋਲ ਲਿਆ ਜੱਕ ਮਾਰ ਤਾਂ ਇੱਧਰਲੇ ਪਾਸੇ ਗਿਆ ਉੱਪਰ ਰੰਗ ਜਿਹੜਾ ਮਾੜਾ ਮਾੜਾ ਸੀਗਾ ਅਤੇ ਚਲੋ ਦਈ ਬਾਈ ਪੈਸੇ ਚੱਲੀਏ ਆ ਗਏ ਜੀ ਘਰੇ ਖੜਾ ਤਾ ਟਰੈਕਟਰ ਇੰਨੇ ਕੁ ਟਾਇਰ ਬਹੁਤ ਆ ਬਾਹਰ ਮੀਂਹ ਪਹਿਲਾਂ ਬਾਲੇ ਸੀਗੇ ਹੁਣ ਠੀਕ ਆ ਅਤੇ ਦੂਜੇ ਵੀ ਆਪਾਂ ਜਾਉਂਡੀਆ ਦੇ ਵੀ ਕਰਨੇ ਆ ਅੰਦਰ ਕਰਾਂਗੇ ਬਾਕੀ ਤੁਸੀਂ ਦੱਸੋ ਕਿਵੇਂ ਲਾ ਦਿਆ ਕਮੈਂਟ ਕਰਕੇ ਘੈਂਟ ਲਾ ਦੇਣਾ ਪੂਰੇ ਹੁਣ ਮੂਹਰਲਾਂ ਦੇ ਬਰਾਬਰ ਹੋ ਗਏ ਜਮਾਂ ਮੂਹਰਲੇ ਹਜੇ ਬਾਹਰ ਹੀ ਆ ਥੋੜ੍ਹੇ ਜਿਹੇ ਲਓ ਜੀ ਪਹੁੰਚ ਗਏ ਮੰਡੀ ਕੰਮ ਚੱਲ ਜਾਣਾ ਇੱਧਰ ਕੀ ਹੋ ਗਿਆ ਗਰੈਂਡਰ ਛੱਡ ਗਿਆ ਜੀ ਲਓ ਜੀ ਮਿੱਤਰੋ ਆਪਣਾ ਉੱਚਾ ਤਾਂ ਹੋ ਗਿਆ ਜਗਾੜ ਆਹ ਫਿੱਟ ਕਰਕੇ ਦੇਖਦੇ ਸੀਗੇ ਇੱਕ ਪਲੇਟ ਲਾਈ ਹੈ ਇਹਦੇ ਉੱਪਰ ਇੱਕ ਪਲੇਟ ਲੱਗੂ ਜਿਵੇਂ ਪਹਿਲਾਂ ਵਾਲੀ ਤਾਂ ਲੱਗੀ ਹੋਈ ਸੀ ਐਂ ਪਿੰਡ ਪੈ ਕੇ ਹਨਾ ਉਹ ਪਲੇਟ ਲੱਗੂ ਉਹੀ ਜਗਾੜ ਇੱਥੋਂ ਇੰਨਾ ਉੱਚਾ ਵੇ ਬਣਾਉਣਾ ਪਊਗਾ ਕਿਉਂਕਿ ਫਿਰ ਇਹ ਨਹੀਂ ਵੱਧ ਮੁੜੀ ਜਾਊਗਾ ਹਿੱਸਾ ਅਤੇ ਉਹ ਬਣਾਉਂਦੇ ਆ ਮਿਸਤਰੀ ਹੁਣ ਉਹ ਬਣਾ ਕੇ ਦੋਨੇ ਪਾਸੇ ਇਹਦੇ ਬੈਲਡਿੰਗ ਭਰ ਕੇ ਫਿਰ ਉਹ ਟਰੈਕਟਰ 'ਤੇ ਚੜ੍ਹ ਲਿਆ ਅੱਜ ਬਸ ਲੱਗੇ ਹੋਏ ਮਿਸਤਰੀ ਇੱਧਰਲੀ ਪਲੇਟ ਬਣ ਗਈ ਇੱਦਾਂ ਹੀ ਦੂਜੀ ਬਣ ਗਈ ਪਾਸੇ ਬੈਲਡਿੰਗ ਭਰ ਕੇ ਹਜੇ ਹੋਰ ਦੋ ਤਿੰਨ ਪਲੇਟਾਂ ਬਣਾਉਂਦੇ ਨੇ ਇੱਕ ਅੱਜ ਦੇਖਦੇ ਹਾਂ ਬਾਕੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਤੁਹਾਡਾ ਸਾਰਿਆਂ ਦਾ ਆਪਣੇ ਖੋਰ ਵਲੋਗ ਦੇ ਵਿੱਚ ਟਰੈਕਟਰ ਬੰਦ ਕਰ ਲਈਏ ਅੱਜ ਦਾ ਵਲੋਗ ਆ ਜਿਹੜਾ ਬਹੁਤ ਹੀ ਘੈਂਟ ਹੋਣ ਵਾਲਾ ਅਤੇ ਇਹਦਾ ਡੈੱਕ ਯਾਰ ਸੁਣਿਆ ਮੈਂ ਬੜਾ ਵਧੀਆ ਬਾਏ ਦਾ ਮੈਨੂੰ ਐ ਸੀਗਾ ਵੀ ਦੋ ਫਰ ਬਾਹਲੇ ਵਧੀਆ ਚੱਲਦੇ ਆ ਇੰਨੀ ਬੇਸ ਆ ਗੱਲਾਂ ਹੀ ਛੱਡ ਦੂ ਅਤੇ ਇਹ ਲੱਗਿਆ ਸੀ ਆਪਣਾ ਹਾਈਟੈਕ ਤੋਂ ਮਤਲਬ ਉਹਨੇ ਲਾ ਦਿੱਤਾ ਸੀਗਾ ਅਤੇ ਬਾਕੀ ਚਲੋ ਆਪਾਂ ਨਾ ਇਹ ਜਿਹੜਾ ਇਹਦੇ ਪਿੱਛੇ ਟਰਾਲੀ ਪਾ ਲਈ ਅਸੀਂ ਇਹ ਗੁਰੀ ਵਾਲਾ ਟਰੈਕਟਰ ਹੈਗਾ ਜੌਂਡੀਅਰ ਇਹ ਹੁਣ ਜਿਹੜੀ ਆ ਲਾ ਕੇ ਆਉਣੀ ਆ ਆਪਾਂ ਕਿਹੜੇ ਖੇਤ 'ਚ ਲਾਉਣੀ ਹੈ ਚਾਚਾ ਇਹ ਜਿਹੜੀ ਤੂੜੀ ਹੈ ਨਾ ਵੇਸਟ ਸੀਗੀ ਜਿਹੜੀ ਮਿੱਟੀ ਸੀ ਉਹ ਇਕੱਠੀ ਕਰਕੇ ਸਾਰੀ ਟਰਾਲੀ 'ਚ ਪਾ ਲਈ ਸੀ ਪਾ ਦੇ ਪੈ ਗਿਆ ਪੈਪ ਇੰਨਾ ਕਾਹਤੇ ਬਾਹਰ ਕੱਢਿਆ ਪਿਆ ਵਿਚਾਰਾ ਧੱਕਾ ਕੀਤਾ ਹੋਇਆ ਇਹਨੇ ਇਹਨੂੰ ਸਹੀ ਕਰਨ ਵਾਲਾ ਇਹ ਨਾਟ ਖੋਲ੍ਹ ਕੇ ਇਹਨੂੰ ਪਿੱਛੇ ਧੱਕਣ ਵਾਲਾ ਪਿਆ ਪਿੱਛੋਂ ਖਿੱਚ ਲਿਆ ਇਹ ਪਿੱਛੇ ਕਿਸੇ ਨੇ ਉਹ ਕੱਢਣ ਲੱਗੇ ਨਾ ਨਾਲ ਹੀ ਖਿੱਚ ਲਿਆ ਚਲੋ ਚੱਲੀਏ ਆਪਾਂ ਕੱਢ ਕੇ ਆਈਏ ਸਟਾਰਟ ਕਰੀਏ ਸ਼ੈਲਫ ਸ਼ੈਲਫ ਮਾਰੋ ਇਹਦੀ ਇਹਦਾ ਆਰ ਪੀ ਐਮ ਬਾਹਲੇ ਘਟਾਏ ਹੋਏ ਆ ਬਾਹਲੇ ਘੱਟ ਆ ਇਹ 600 'ਤੇ ਖੜਦਾ ਗਾ ਕਿ ਹੁਣ ਤਾਂ ਵਾਧਾ ਰੇਸ ਦਿੱਤੀ ਹੋਈ ਆ ਮੇਰੀ ਦੇਖੋ ਜਮਾਂ ਹੀ 600 'ਤੇ ਖੜਦਾ 600-700 ਇੰਨੇ ਘੱਟ ਹੁੰਦੇ ਆ ਯਾਰ ਜੌਂਡੀਅਰ ਦੇ ਮਤਲਬ ਆਹ ਵੱਧ ਹੁੰਦੇ ਆ ਥੋੜ੍ਹੇ ਜਿਹੇ ਵੱਧ ਰੱਖਿਆ ਹੁੰਦੇ ਆ 900 ਰੱਖਿਆ ਹੁੰਦਾ ਮੇਰੇ ਨਾਲ ਤਾਂ 900 ਰੱਖਿਆ ਹੋਇਆ ਸੀਗਾ ਕੰਪਨੀ ਵੱਲੋਂ ਹੀ ਚਲੋ ਬਾਕੀ ਚੱਲਦੇ ਹਾਂ ਆਪਾਂ ਅਤੇ ਆਹ ਟਰਾਲੀ ਲਾ ਕੇ ਆਈਏ ਇਹ ਟਰਾਲੀ ਆਪਾਂ ਲਾਉਣੀ ਸੀ ਇੱਥੇ ਇੱਥੇ ਤੂੜੀ ਹੋਈ ਆ ਹੋਰ ਤਾਂ ਕੁਛ ਹੈ ਨਹੀਂ ਮਤਲਬ ਇੱਥੇ ਲਾ ਦਾਂਗੇ ਆਪਾਂ ਇੱਥੇ ਮੱਝਾਂ ਵਾਂਦੇ ਹੋਣਗੇ ਇਹ ਥੱਲੇ ਪਈ ਰਹੂਗੀ ਵਧੀਆ ਟਰਾਲੀ ਲਾ ਕੇ ਟਰੈਕਟਰ ਅਸੀਂ ਇੱਥੇ ਖੜਾ ਲਿਆ ਅਤੇ ਟਰਾਲੀ 'ਚ ਪਾਣੀ ਮਰਾਉਣਾ ਸੀਗਾ ਗੁਰਮੁਖ ਕਹਿੰਦਾ ਹਜੇ ਵੀ ਗੱਡੀ ਧੋਣਾਗਾ ਗੱਡੀ ਧੋ ਕੇ ਫਿਰ ਮਾਰ ਦਿੰਦਾ ਮੈਂ ਕਿਹਾ ਚਲੋ ਓਕੇ ਆ ਜਾਊਂ ਫਿਰ ਮੈਂ ਹੁਣ ਆਪਾਂ ਫੋੜ ਕੱਢਦੇ ਹਾਂ ਫੋੜ ਕੱਢ ਕੇ ਅਤੇ ਪਹਿਲਾਂ ਤਾਂ ਗੇੜਾ ਦੇਖੀ ਜੀ ਇੱਕ ਫਿਰ ਉਸ ਤੋਂ ਬਾਅਦ ਉਹਨੂੰ ਖੋਲ੍ਹਦੇ ਹਾਂ ਆਹ ਖੜਾ ਗਾ ਝੋਟਾ ਕਹਿੰਦੇ ਕਿਹੜਾ ਇਹ ਨੀਲਾ ਘੋੜਾ ਹੈ ਚਲੋ ਉਹਨੂੰ ਸਟਾਰਟ ਕਰੀਏ ਚੜਦਾ ਪੈਲ ਟੁੱਟ ਜੂ ਜਾਣ ਦੇ ਪਤਾ ਨਹੀਂ ਕਿਵੇਂ ਪਰ ਆਉਂਦੇ ਆਉਂਦੇ ਆ ਪੇਟੀ ਖੁੱਲ੍ਹ ਗਈ ਇਹ ਜਦੋਂ ਮੈਂ ਤਾਹਾਂ ਦੇਖਿਆ ਮੈਨੂੰ ਆਵਾਜ਼ ਤੋਂ ਪਤਾ ਲੱਗ ਗਿਆ ਮੈਂ ਆਹ ਨਾਟ ਦੇਖੋ ਦੂਜਾ ਵੀ ਖੁੱਲ੍ਹਣ ਵਾਲੀ ਸੀਗਾ ਇਹ ਨਹੀਂ ਪਤਾ ਆ ਕੇ ਸਿਰ 'ਚ ਹੀ ਲੱਗਦੀ ਅਤੇ ਧਿਆਨ ਨਾਲ ਹੈ ਨਾ ਕੰਮ ਕਰਿਆ ਕਰੋ ਇਹ ਹੁਣ ਮੈਂ ਇਹਦਾ ਰਿਸਕ ਨਹੀਂ ਲੈਂਦਾ ਇਹਦਾ ਨਾਟ ਵਧੀਆ ਪਾਉਂਗਾ ਪਤਾ ਨਹੀਂ ਕਿਵੇਂ ਖੁੱਲ੍ਹ ਗਿਆ ਇਹਦਾ ਖੁੱਲ੍ਹਣਾ ਹੀ ਚਾਹੀਦਾ ਦੂਜਾ ਵੀ ਖੋਲ੍ਹ ਕੇ ਮੈਨੂੰ ਇਹਦਾ ਉੱਪਰ ਰੱਖ ਦਾਂਗਾ ਤਾਂ ਹੋਣਾ ਨਹੀਂ ਚਾਹੀਦਾ ਇਹ ਕਿੱਦਾਂ ਹੋ ਗਿਆ ਖੁੱਲ੍ਹ ਕੇ ਦੇਖਦੇ ਹਾਂ ਨਾਟ ਹੁਣ ਇਹਦਾ ਨਾਟ ਖੁੱਲ੍ਹ ਗਿਆ ਹੁਣ ਮੈਂ ਲੈ ਕੇ ਕਿਵੇਂ ਜਾਊਂਗਾ ਮੈਨੂੰ ਇਹ ਹੈਰਾਨ ਆ ਤਾਂ ਨਾਟ ਖੁੱਲ੍ਹ ਗਿਆ ਮੈਨੂੰ ਪਤਾ ਲੱਗ ਗਿਆ ਉਹਦਾ ਕੋਈ ਚੱਕਰ ਨਹੀਂ ਉਵੇਂ ਮੈਂ ਖੋਲ੍ਹਣੀ ਸੀ ਅੱਜ ਇਹ ਪਤਾ ਨਹੀਂ ਕਿਵੇਂ ਇਹ ਨਹੀਂ ਪਤਾ ਸਿਰ 'ਚ ਆ ਕੇ ਲੱਗਦੀ ਚੱਲ ਬਚ ਆ ਹੋ ਗਿਆ ਸਿਰ 'ਚ ਵੀ ਆ ਕੇ ਲੱਗ ਨਹੀਂ ਸਕਦੀ ਕਿਉਂਕਿ ਉੱਧਰ ਹੀ ਜਾ ਕੇ ਡਿੱਗਦੀ ਸਾਈਡ 'ਤੇ ਪਰ ਟੁੱਟ ਜਾਂਦਾ ਉਹਦਾ ਕੁਛ ਚਲੋ ਕੋਈ ਨਾ ਨਾਟ ਨੂੰ ਟਾਇਟ ਨਹੀਂ ਕੀਤੇ ਹੋਣੇ ਚੰਗੀ ਤਰੀਕੇ ਤਾਰਾਂ ਖੋਲ੍ਹ ਕੇ ਉਹਨੂੰ ਘਰੇ ਲਿਆ ਆ ਪੇਟੀ ਨੂੰ ਅਤੇ ਇਹਦਾ ਪਤਾ ਕੀ ਹੋਇਆ ਨਟ ਜਾਣੀ ਕਿ ਉਹਨੇ ਪੱਤੀ ਨੇ ਖਿੱਚ ਲਿਆ ਆਹ ਦੇਖੋ ਇਹ ਕਿੱਡਾ ਹੋਲ ਹੋ ਗਿਆ ਵੱਡਾ ਸਾਰਾ ਇਹ ਸਹੀ ਨਹੀਂ ਹੈਗੀ ਪੇਟੀ ਚੇਂਜ ਕਰਨੀ ਪਊਗੀ ਪਲਾਈ ਤਾਂ ਮੋਟੀ ਆ ਪਰ ਐਡਾ ਵੱਡਾ ਹੋਲ ਹੋਣਾ ਨਹੀਂ ਚਾਹੀਦਾ ਨਟ ਵੀ ਬਹੁਤ ਵਧੀਆ ਪਾਏ ਹੋਏ ਆਪਾਂ ਅਤੇ ਇਹਨੂੰ ਰੱਖ ਦਿੰਦੇ ਹਾਂ ਫਿਰ ਹੁਣ
ਡੈੱਕ ਆਪਾਂ ਖੋਲਣਾ ਹੀ ਆ ਵੈਸੇ ਅੱਜ ਇਹਨੂੰ ਖੋਲਦੇ ਹਾਂ ਮਗਰਾਟਾਂ ਦਾ ਕੰਮ ਕਰਾਉਂਦੇ ਹਾਂ ਫਿਰ ਦੇਖਦੇ ਹਾਂ ਡੈੱਕ ਕਿਵੇਂ ਲਾਉਣਾ ਡੈੱਕ ਨਵਾਂ ਹੀ ਲਾਵਾਂਗੇ ਇਹਨੂੰ ਆਪਾਂ ਸੇਲ ਕਰ ਦੇਣਾ ਚੋਬਰ ਨੂੰ ਤਾਰਾਂ ਤੁਰਾਂ ਮੈਂ ਥੱਲੇ ਦੀ ਕੱਢ ਲਈਆਂ ਸੀਗੀਆਂ ਫਿਰ ਵੀ ਆਉਂਦਾ ਹੋਇਆ ਸੁਣਦੇ ਹੀ ਆਇਆ ਤਾਰਾਂ ਲਾ ਕੇ ਫੋੜ ਦੀ ਪੇਟੀ ਤੇ ਅਸੀਂ ਨੜਤਾ ਖੋਲ ਲਏ ਪਰ ਇਹ ਲਾਉਣੀ ਸੀਗੀ ਆਹ ਕੀ ਕਰ ਲਿਆ ਹੋਏ ਟਰਾਲੀ ਇੱਥੇ ਮੈਂ ਬੈਗ ਲਾਤੀ ਆ ਦੂਜੇ ਜੌਂਡੀਆਂ ਨਾਲ ਹੋਏ ਚ ਰੱਖ ਲਾਂਗੇ ਇੱਥੇ ਹੱਥ ਪੈ ਜੂਗਾ ਹੁਣ ਆਦੇ ਹੁਣ ਹੱਥ ਪੈ ਜੂ ਇੱਥੋਂ ਆਪਾਂ ਕੁਛ ਰੱਖ ਲੈਂਦੇ ਹਾਂ ਟਾਇਰ ਕੁਛ ਰੱਖ ਲੈਂਦੇ ਹਾਂ ਚਲੋ ਕੋਈ ਰੱਖੀਏ ਫਿਰ ਹੀ ਲਊਗੀ ਅਸੀਂ ਬੰਦੇ ਤਿੰਨ ਹੀ ਸੀਗੇ ਅਤੇ ਅਸੀਂ ਰਿਸਕ ਨਹੀਂ ਲੈਣਾ ਹੈਗਾ ਉੱਤੇ ਡਿੱਗ ਸਕਦੀ ਪੇਟੀ ਭਾਰੀ ਬਹੁਤ ਆ ਗੇਟ ਬਹੁਤ ਆ ਪੇਟੀ ਦਾ ਚਲੋ ਕੁਛ ਰੱਖਦੇ ਹਾਂ ਉਹਦੇ ਨਾਲ ਲਾ ਮੈਂ ਕਹਿੰਦਾ ਥੋੜ੍ਹੀ ਟਰਾਲੀ ਜਮ੍ਹਾਂ ਸਿੱਧੀ ਕਰਕੇ ਲਾਉਣਾ ਮੈਂ ਟਰੈਕਟਰ ਇਹਨੂੰ ਕਰਕੇ ਲਾਵਾਂ ਦੇਖਿਓ ਕਿਤੇ ਪੇਟੀ ਮੇਰੇ ਸਿਰ 'ਚ ਨਾ ਆ ਜਾਵੇ ਮਾੜਾ ਜਿਹਾ ਲਾਉਣਾ ਫਿਰ ਮੈਂ ਇੱਕ ਮਿੰਟ ਚਲੋ ਜੀ ਫੋਰਡ ਬੈਕ ਕਰਕੇ ਆਪਾਂ ਲਾਤਾ ਜਮ੍ਹਾਂ ਨਾਲ ਅਤੇ ਚਲੋ ਲਾਹੀਏ ਗਰਾਉਣ ਇਹਨੂੰ ਪੇਟੀ ਨੂੰ ਗਰਾਂ ਦੇਖੀ ਕਿਵੇਂ ਲਓ ਟਾਇਰ 'ਤੇ ਪੈਰ ਰੱਖ ਕੇ ਆ ਜਾਓ ਆਇਆ ਮੂੰਹ ਲਓ ਵੀ ਪਾਓ ਹੱਥ ਫਿਰ ਇੱਥੋਂ ਹੱਥ ਪਾ ਲਿਓ ਥੱਲੇ ਨਾ ਛੱਡਿਓ ਇੱਥੋਂ ਕੁਛ ਐਂ ਰੱਖ ਨਾ ਲਈਏ ਮੈਂ ਕਹਿੰਦਾ ਇੱਥੋਂ ਕੁਛ ਹੋਰ ਡਰਾਈਵਰ ਡਰੂਵਰ ਕੁਛ ਹੋਰ ਆ ਉੱਧਰ ਸਾਡਾ ਮਰੀਜ਼ ਪਿਆ ਗਾ ਮਰੀਜ਼ ਰੱਖ ਲੈਂਦੇ ਹਾਂ ਕੋਈ ਨਾ ਰੱਖ ਲੈਂਦੇ ਹਾਂ ਅਸੀਂ ਆ ਜਾਣੀ ਹੁਣ ਤਾਂ ਅਸੀਂ ਰਹਿ ਦਿੰਦੇ ਹਾਂ ਲਓ ਜੀ ਪੇਟੀ ਲੈ ਗਈ ਆਪਣੀ ਥੱਲੇ ਅਸੀਂ ਟਾਇਰ ਰੱਖ ਲਏ ਸੀਗੇ ਟਾਇਰਾਂ 'ਤੇ ਰੱਖੀ ਗਈ ਆਹ ਫੜ ਕੇ ਇੱਧਰ ਥੱਲੇ ਲਾ ਲਓ ਇੱਧਰ ਥੱਲੇ ਲਾ ਲਓ ਹੁਣ ਉਹ ਤੂੰ ਉੱਧਰ ਹੱਥ ਪਾ ਉੱਧਰ ਹੱਥ ਪਾ ਕੇ ਥੱਲੇ ਰੱਖ ਲਓ ਉੱਧਰ ਦੇਖ ਕੇ ਆਰਾਮ ਨਾਲ ਥੱਲੇ ਰੱਖ ਲਓ ਉਹੀ ਤਾਂ ਕਹਿਣਾ ਹੱਥ ਪਾਈ ਮਾੜੇ ਜਾ ਹੱਥ ਪਾ ਲਓ ਰੱਖ ਲਓ ਥੱਲੇ ਰੱਖ ਲਓ ਚਲੋ ਰੱਖ ਦੋ ਐਂ ਲੰਬੀ ਪਰ ਰੱਖ ਦੋ ਬਸ ਓਏ ਥੱਲੇ ਲੈ ਚੱਲ ਰੱਖ ਦੇ ਹੁਣ ਕੋਈ ਨਾ ਲੈ ਇੱਧਰ ਖਰਾਬ ਹੀ ਹੋ ਗਿਆ ਹੁਣ ਤਾਂ ਚਲੋ ਲੈ ਗਈ ਪੇਟੀ ਅਤੇ ਦੇਖੋ ਯੂਸ ਆ ਕਿਵੇਂ ਆ ਸਾਰਾ ਕੁਛ ਹਿਲਦਾ ਲੈ ਲੈ ਇਹ ਸਾਰਾ ਦੁਬਾਰੇ ਬਣਾਉਣ ਵਾਲਾ ਜਗਾੜ ਥੱਲੇ ਵਾਲਾ ਉਹ ਬਣਾ ਕੇ ਫੇਰ ਕਰਾਂਗੇ ਹੁਣ ਪੇਟੀ ਪੁੱਟੀ ਫੇਰ ਹੀ ਲਾਵਾਂਗੇ ਟਾਇਰ ਚੁੱਕੋ ਹੁਣ ਕਿਰਾਂ ਫੋੜ ਮੂਹਰੇ ਕਰੀਏ ਫਿਰ ਟਰਾਲੀ ਬਾਹਰ ਕੱਢੀਏ ਲਓ ਜੀ ਪੇਟੀ ਪੁੱਟੀ ਖੋਲ੍ਹ ਕੇ ਆ ਖੜਾਤਾ ਝੋਟਾ ਅਤੇ ਟਾਇਰ ਦੱਸੋ ਤੁਸੀਂ ਕਮੈਂਟ ਕਰਕੇ ਮੈਨੂੰ ਤਾਂ ਬਾਹਲੇ ਗੈਂਡ ਲੱਗੀ ਜਾਂਦੇ ਆ ਬੜਾ ਪਿਆਰਾ ਹੀ ਜਾਂਦਾ ਜੌਂਡੀਆਂ ਨਾਲੋਂ ਵੀ ਸੋਹਣੇ ਲਾਦੇ ਆ ਟਾਇਰ ਗੇਟ ਲਾ ਦੇ ਅਤੇ ਬਾਕੀ ਇਹ ਤਾਂ ਹੁਣ ਪੇਟੀ ਕਸਾਵਾਂਗੇ ਨਵੀਂ ਬਣਾ ਕੇ ਜਿਹੜੀ ਆਪਾਂ ਬਣਾਉਣੀ ਹੈ ਜਿਹੜਾ ਮੇਰਾ ਆਈਡੀਆ ਉਹੋ ਜਿਹਾ ਬਣਾਵਾਂਗੇ ਪਹਿਲਾਂ ਆਪਾਂ ਇਹਦੇ 4 ਸਪੀਕਰ ਕਾਹ ਦੀ ਜਿਹੜੇ ਪਹਿਲਾਂ ਕਦੇ ਸੀਗੇ ਲਿਖ ਸੁਣ ਜੋ ਕਿ ਛੱਡ ਦਈਏ ਪੇਟੀ ਖਬਰ ਆ ਜੀ ਕਿੰਨੇ ਦਿਨਾਂ 'ਚ ਬਣੂਗੀ ਲਓ ਜੀ ਮਿੱਤਰੋ ਕੌਣ ਆ ਗਿਆ ਆਪਣੇ ਕੋਲ ਅੱਜ ਵੱਡੀਆਂ ਉੱਚਿਆਂ ਵਾਲਾ ਅਤੇ ਕਹਿੰਦੇ ਅੱਜ ਆਪਣੇ ਕੋਲ ਬਾਪਲੇ ਹੁਣੀ ਪਹੁੰਚੇ ਹੋਏ ਹੈਗੇ ਕਹਿੰਦੇ ਬਹੁਤ ਔਖੇ ਦਰਸ਼ਨ ਦਿੰਦੇ ਆ ਉਹਦੇ ਉੱਧਰ ਫੋਰਡ ਵੀ ਆ ਗਿਆ ਆਪਣਾ ਫੋਰਡ ਤਾਂ ਅਸੀਂ ਓਪਨ ਲਾ ਤੇ 4 ਬਾਲੇ ਘੰਟ ਆਵਾਜ਼ ਆਉਂਦੀ ਹੈ ਅੱਛਾ ਉਹ ਜਿਹੜੇ 4 ਚੱਲਦੇ ਉਹਨਾਂ ਦੀ ਆਵਾਜ਼ ਤਾਂ ਕਰ ਲੈਂਦਾ ਕੰਨ ਕੋਲ ਲੱਗ ਗਏ ਤੇਰੇ ਆ ਜਾ ਕੋਈ ਨਾ ਉਹ ਤੋਤਰ ਸਹੀ ਥੱਲੇ ਕਹਿੰਦਾ ਬੇਸ ਦਿਖਾਉਣੀ ਆ ਬਾਲਟੀ ਲਾਉਣੀ ਆ ਪਾਣੀ ਉਧਾਰ ਕੇ ਕਰਦੇ ਬੰਦ ਕਰਦੇ ਬੰਦ ਕਰਦੇ ਓਏ 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 ਨਾ 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 ਇਹ ਕੰਮ ਨਹੀਂ ਕਰਨਾ ਟਾਇਰ ਨਵੇਂ ਨੇ ਵੀਰੇ ਟਾਇਰ ਨਵੇਂ ਪਵਾਇਆ ਹੁਣੀ ਮੈਂ ਬੰਦ ਕਰ ਉਹ ਦੇ ਆ ਗਿਆ ਲਓ ਜੀ ਸਵਾਗਤ ਹੈ ਤੁਹਾਡਾ ਚੱਲਦਾ ਵਲੌਗ ਉਹ ਲਵੀ ਨੂੰ ਬੁਲਾਉਣਾ ਭੁੱਲ ਕੇ ਖੜ ਜਾ ਕਿਵੇਂ ਆ ਲਵੀ ਵਧੀਆ ਜੀ ਸਤਿ ਸ਼੍ਰੀ ਅਕਾਲ ਸਾਰੇ ਜਣੇ ਸੁਖਰਾ ਇਕੱਠੇ ਹੋਏ ਢਿੱਲੋਂ ਨੂੰ ਵੀ ਸੱਦਿਆਗਾ ਆਜ ਵੇਜ ਬਾਪਲਾ ਆ ਗਿਆ ਬਾਪਲਾ ਹੀ ਫੇਰ ਬਾਪਲਾ ਜੀ ਗਰਮੀ ਬੜੀ ਹੋ ਗਈ ਹੈ ਨਾ ਬਾਪਲਾ ਗੋਵਾ ਇੱਥੇ ਹੁਣ ਗਰਮੀ ਉਧਰ ਗਰਮੀ ਗੋਆ ਜਾ ਕੇ ਆਇਆ ਬਾਈ ਗੋਆ ਜਾ ਕੇ ਆਏ ਹੈ ਸੱਚ ਤਾਂ ਹੀ ਨਹੀਂ ਮਿਲਿਆ ਗਿਆ ਤਾਂ ਹੀ ਨਹੀਂ ਮਿਲਿਆ ਗਿਆ ਕਹਣਾ ਹੈ ਸਾਰੇ ਸੱਜਣ ਬੈਠੇ ਅੱਜ ਮੋਟਰ ਤੇ ਲੈ ਜੋਰੇ ਹੁਣਾਂ ਨੂੰ ਕਹਿੰਦੇ ਹਨ ਟਰਾਲੀ 'ਚ ਗੇੜਾ ਕਢਾਉਣਾ ਗਾ ਤੇ ਫੋੜ ਤੋਂ ਅਸੀਂ ਪੇਟੀ ਪੁੱਟੀ ਖੋਲਤੀ ਸੀਗੀ ਹੋਰ ਫਿਰ ਸੁਖਮਨ ਹਾਂ ਕਿਵੇਂ ਆ ਠੀਕ ਆ ਅਸੀਂ ਬੁਲਟ ਤੇ ਆਏ ਸੁਖਮਨ ਵਾਲੇ ਤੇ ਘੈਂਟ ਲੱਗਦਾ ਪੂਰਾ ਚਾਚਾ ਗੱਦਾ ਚੱਕੀ ਫਿਰਦਾ ਕਹਿੰਦਾ ਟਰਾਲੀ 'ਚ ਰੱਖਣਾ ਗਾ ਪੈਣਾ ਟਰਾਲੀ 'ਚ ਪੈਣਾ ਤੂੰ ਪੈ ਜਾਏਗਾ ਜਿਹੜੀਆਂ ਮੈਂ ਕਹਿੰਦਾ ਪਸਣੀਆਂ ਹਿੱਲੀਆਂ ਹੋਈਆਂ ਹੋਰ ਹਿੱਲ ਜਾਣਗੀਆਂ ਹਾਏ ਹਾਏ ਨਾ ਹੌਲੀ ਹੌਲੀ ਚੱਲਾਂਗੇ ਉਹਦੇ ਆ ਗਿਆ ਫੋੜ ਟਰਾਲੀ 'ਚ ਆ ਗਿਆ ਮੈਂ ਵੀ ਆ ਗਿਆ ਉਹ ਕਿੱਥੇ ਉਹ ਬੈਠਾ ਉਹ ਪਾਣੀ ਨਾ ਭਰ ਲਈਏ ਟਰਾਲੀ 'ਚ ਹੈਂ
ਜੋਰੇ ਨੂੰ ਸਿਖਾਉਣਾ ਅਸੀਂ ਜੋੜੇ ਘੋੜੀ ਤੇ ਬੈਠਣਾ ਓਏ ਹਾਂ ਬੈਠਣਾ ਬਿਠਾ ਦਈਏ ਤੈਨੂੰ ਘੋੜੀ ਤੇ ਬਿਠਾਈਏ ਚਲੋ ਲੈ ਚਲੇ ਫੋੜ ਮਾਰ ਪਤਾ ਨਹੀਂ ਪਾ ਕੇ ਸਭ ਪੈ ਜਾ ਪੈ ਜਾ ਕਿੱਥੇ ਓਏ ਓਏ ਇਹ ਵੀ ਆ ਜਾ ਪਿੱਛੇ ਬਹਿ ਜਾ ਕਿੰਨਾ ਸਵਾਦ ਆਉਂਦਾ ਕਿੰਨਾ ਸਵਾਦ ਆਉਂਦਾ ਜੋਰੇ ਕਿਵੇਂ ਲੱਗਦਾ ਵਧੀਆ ਹੈਂ ਕਿੰਨਾ ਭਜਾਈ ਜਾਂਦਾ ਰੁਕਣਾ ਨੀ ਆ ਇਹ ਅਸੀਂ ਮੋਟਰ ਤੇ ਆ ਗਏ ਸੀਗੇ ਉਹ ਦੇ ਰੇਸ ਲਾਉਣ ਲੱਗਿਆ ਜੋਰੇ ਹੁਣੀ ਨਾਟ ਗਿਆਰਾਂ ਆਪਣਾ ਨਾਟ ਗਿਆਰਾਂ ਕਿੱਥੇ ਆਪਣੇ ਨਾਲ ਉਹ ਆਉਂਦਾ ਨਾਟ ਗਿਆਰਾਂ ਆਹ ਖੜਾ ਨਾਟ ਗਿਆਰਾਂ ਨਾਟ ਗਿਆਰਾਂ ਦਾ ਖੜਾ ਚਲੋ 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 ਭੱਜ ਲਓ ਆ ਗਏ ਆ ਗਏ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਦੇਖਦੇ ਕਿਹੜਾ ਪਹਿਲਾਂ ਆਉਂਦਾ ਚਾਚੇ ਨੂੰ ਹੱਥ ਲਾਉਣਾ ਚਾਚੇ ਨੂੰ ਚਾਚੇ ਨੂੰ ਹੱਥ ਲਾਉਣਾ ਓਹੋ ਚੱਲ ਕੋਈ ਨਾ ਚੱਪਲ ਲੈ ਗਈ ਜੋਰਾ ਵਿਨਰ ਹੋ ਗਿਆ ਵਿਨਰ ਚੱਲ ਕੋਈ ਨਾ ਦਬ ਚੜ ਗਿਆ ਤੈਨੂੰ ਬਿਛੜਦਾ ਛੱਡਦਾ ਪਾਣੀ ਗੰਦਾ ਹੈਗਾ ਪਾਣੀ ਉਹ ਆਜੋ 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 ਪ੍ਰੈਸ਼ਰ ਕੱਢ ਦਿੰਦਾ ਮਗਰ ਗੱਡੀ ਖੜੀ ਆ ਬਾਈ ਉੱਤੇ ਨਾ ਚੜ੍ਹਦੀ ਚਲਾਈ ਆ ਕਦੇ ਗੁਲਾਟੀ ਨੂੰ ਚਲਾਉਂਦਾ ਰਿਹਾ ਇੱਥੇ ਖੜਾ ਰਹਿਣ ਦੇ ਇਹਨੂੰ ਆ ਜਾ ਥੱਲੇ ਬੰਦ ਕਰ ਦੇ ਆ ਜਾ ਥੱਲੇ ਆ ਜਾ ਬੰਦ ਕਰ ਬਾਈ ਹੁਣਾਂ ਨੇ ਗੱਡੀ ਮੋੜ ਤਾਂ ਲਈ ਚੱਲ ਘਾਟੀ ਨੂੰ ਆਜਾ ਹਜੇ ਤਾਂ ਨੰਬਰ ਵੀ ਨੀ ਆਇਆ ਜਮਾਂ ਨਵੀਂ ਆ ਆਜਾ ਆਜਾ ਵਧਾ ਦੇ ਸਿੱਧੀ ਆਉਣ ਦੇ ਸਿੱਧੀ 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 ਓ ਸਿੱਧੀ ਖਾਤੇ ਚ ਨਾ ਲਾ ਦੀ ਚੱਲ ਦੂਜਾ ਕਨੈਕਟਰ ਚੱਲ 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 ਖੜਕਾ ਹੋਊਗਾ ਪਿੱਛੇ ਦੇਖੀ ਨਾ ਮਨ ਓਏ ਬ੍ਰੇਕ ਮਾਰੀ ਜਾਂਦਾ ਯਾਰ ਉਹ ਚੱਲ 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 ਜਾਣ ਦੇ ਉਹ ਦੇਖੋ ਜਦੀ ਉਧਰਲੇ ਪਾਸੇ ਦੇਖਦਾ ਚਲੋ 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 ਹੱਥ ਪਾਈ ਮੇਰਾ ਵੀ ਲਓ ਜੀ ਚਲੋ ਐਡੀ ਜਗ੍ਹਾ ਹੈਗੀ ਵਿੱਚ ਹੈਗੀ ਚਲਾਓ ਯਾਰ ਗਾਣਾ ਚ ਯਾਰ ਇੰਨੇ ਟਾਇਰ ਕੱਤ ਕਰਤਾ ਸਾਰੇ ਚੁੱਪ ਕਰਕੇ ਕੋਈ ਬੰਦਾ ਕਹਿੰਦੇ ਕਹਿਣ ਬਾਹਰ ਹੀ ਆ ਕਿਤੇ ਕਿਸੇ ਕੰਟਰੀ ਚ ਤੇ ਉਹਨੇ ਲਿਆ ਮੈਂ ਖੋਲਤਾ ਦਿੱਤਾ ਨਟ ਸਾਰੇ ਖੁੱਲ ਗਏ ਕਿਹਾ ਪਤਲੇ ਟਾਇਰ ਪਾਉਣ ਲੱਗਿਆ ਦੇਖਦੇ ਕਹਿ ਜੀ ਲੁਕੋ ਦੀ ਬੱਚਾ ਜਿਹਾ ਲੱਗੂ ਇਹਦੇ ਨਾਲ ਤਾਂ ਇਹ ਪੁੱਠੇ ਕਰਕੇ ਪਾਉਣੇ ਪੈਣਗੇ ਕਿਉਂਕਿ ਨਹੀਂ ਨਾਲ ਲੱਗਣਗੇ ਜੇ ਪੁੱਠੇ ਕਰਕੇ ਕੱਸ ਦੇ ਆਪਾਂ ਤੇ ਇਹਨਾਂ ਨੂੰ ਆਪਾਂ ਸਾਈਡ ਤੇ ਕਰ ਦਈਏ ਵਾਸ਼ ਵੁਸ਼ ਕਰਕੇ ਰੱਖ ਦਈਏ ਤੇ ਜਿਹੜਾ ਬੰਦਾ ਲੈਣ ਆਊ ਹਨਾ ਉਹ ਲੈ ਜਾਊਗਾ ਤੇ ਟਾਵਲ ਕਿੱਥੋਂ ਲਿਆ ਆਇਆ ਖਰਾਬ ਸੀਗਾ ਇਹਦੇ ਨਾਲ ਕਰਦੀ ਸਾਫ਼ ਹੁਣ ਰਿਮ ਸਾਫ਼ ਕਰਕੇ ਚਾੜਨ ਲੱਗੇ ਹਾਂ ਬਸੇ ਤੇ ਊਂ ਵੀ ਵਿਚਾਰਾ ਹਨਾ ਸ਼ਾਂਤ ਜਿਹਾ ਬਣਾਤਾ ਨਾ ਸੁੰਨਾ ਜਿਹਾ ਊਂ ਵੀ ਡੈੱਕ ਖੋਲਤਾ ਸਾਊ ਬੱਚਾ ਬਣ ਗਿਆ ਮਗਲੇ ਟਾਇਰ ਵਾਲੇ ਵੱਡੇ ਆ
ਲਓ ਜੀ ਟਾਇਰ ਪੈ ਗਏ ਨਾਰਮਲ ਇਹਦੇ ਕਿਹੋ ਜਿਹਾ ਲਾ ਦੇਣਾ ਛੋਟਾ ਜਿਹਾ ਨਿੱਕਾ ਜਿਹਾ ਅਤੇ ਬਾਕੀ ਉਹ ਟਾਇਰ ਆਪਾਂ ਅੰਦਰ ਕਰ ਦਈਏ ਇਹਦੇ ਫਿਰ ਜਿਹੜੇ ਦੂਜੇ ਟਾਇਰ ਉਹ ਕੱਲ੍ਹ ਨੂੰ ਆ ਜਾਣਗੇ ਆਪਣੇ ਇਹ ਤਾਂ ਬਾਹਲੇ ਨਿੱਕੇ ਜਿਹੇ ਆ ਨਿੱਕੇ ਨਿੱਕੇ ਨੜ ਨੂੰ ਟਾਇਟ ਕਰਨੇ ਰਹਿ ਗਏ ਉਹ ਸਵੇਰੇ ਕਰਾਂਗੇ ਹੈ ਇਹਨਾਂ ਨੂੰ ਅੰਦਰ ਕਰ ਦਈਏ ਇੱਥੇ ਇੱਥੇ ਹੀ ਫੋਟੋ ਲਾਉਣ ਦਿੰਦੇ ਹਾਂ।